ਪੰਚਾਇਤੀ ਜ਼ਮੀਨ ਤੇ ਲਗਾਇਆ ਗੁਰਦੁਆਰਾ ਸਾਹਿਬ ਦਾ ਬੋਰਡ। ਰਿਟਾਇਰਡ ਸਬ ਇੰਸਪੈਕਟਰ ਨੇ ਕੀਤਾ ਨਾਜਾਇਜ਼ ਕਬਜ਼ਾ। ਪੁਲਿਸ ਨੇ ਕਬਜ਼ੇ ਤੋਂ ਛੁਡਵਾਈ ਹੱਡਾ ਰੋੜੀ ਵਾਲੀ ਜ਼ਮੀਨ। ਤਾਂ ਦੱਸ ਦੇ ਕਿ ਗੁਰਦੁਆਰਾ ਸਾਹਿਬ ਦੇ ਨਾਂ ਤੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ, ਜਿੱਥੇ ਪਿੰਡ ਦੇ ਹੀ ਇੱਕ ਰਿਟਾਇਰਡ ਸਬ ਇੰਸਪੈਕਟਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਹੱਡਾ ਰੋੜੀ ਵਾਲੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਸਾਬਕਾ ਸਰਪੰਚ ਨੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਵਾਉਂਦੇ ਹੋਏ ਰਿਟਾਇਰਡ ਸਬ ਇੰਸਪੈਕਟਰ ਗੁਲਜ਼ਾਰੀ ਲਾਲ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਇਸ ਦੇ ਸਾਥੀ ਫਰਾਰ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਮਾਮਲਾ ਖੰਨਾ ਦੇ ਪਿੰਡ ਸਲੌਂਦੀ ਦਾ, ਜਿੱਥੇ ਇਹ ਜ਼ਮੀਨ ਕਰੋੜਾਂ ਦੀ ਦੱਸੀ ਜਾ ਰਹੀ ਹੈ, ਕਿਉਂਕਿ ਇਸ ਜਗ੍ਹਾ ਦੇ ਇੱਕ ਪਾਸੇ ਤਾਂ ਉੱਤਰ ਭਾਰਤ ਦਾ ਪ੍ਰਸਿੱਧ ਖਾਟੂ ਸ਼ਾਮ ਮੰਦਿਰ ਹੈ, ਜਦਕਿ ਦੂਸਰੇ ਪਾਸੇ ਇੱਕ ਮਸ਼ਹੂਰ ਸਕੂਲ ਹੈ। ਕਿਹਾ ਜਾਂਦਾ ਹੈ ਕਿ ਰਿਟਾਇਰਡ ਸਬ ਇੰਸਪੈਕਟਰ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਰੋੜਾਂ ਰੁਪਏ ਦੀ ਕੀਮਤ ਨਾਲ ਇਸ ਜਗ੍ਹਾ ਤੇ ਪੱਕੇ ਤਰੀਕੇ ਦੇ ਨਾਲ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਗੁਰਦੁਆਰਾ ਸਾਹਿਬ ਦੀ ਆੜ ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ, ਪਰ ਉਹ ਇਸ ਦੇ ਵਿੱਚ ਕਾਮਯਾਬ ਨਹੀਂ ਹੋ ਪਾਇਆ। ਸਾਬਕਾ ਸਰਪੰਚ ਮਨਦੀਪ ਕੁਮਾਰ ਦੇ ਅਨੁਸਾਰ ਕਾਫੀ ਸਮੇਂ ਤੋਂ ਗੁਲਜ਼ਾਰੀ ਲਾਲ ਆਪਣੀ ਪੁਲਿਸ ਦੇ ਵਿੱਚ ਪਹੁੰਚ ਹੋਣ ਦਾ ਰੋਬ ਦਿਖਾਉਂਦਾ ਸੀ ਤੇ ਹਮੇਸ਼ਾ ਡਰਾਉਂਦਾ ਰਹਿੰਦਾ ਸੀ। ਤਾਂ ਰਿਟਾਇਰਮੈਂਟ ਤੋਂ ਬਾਅਦ ਗੁਲਜ਼ਾਰੀ ਲਾਲ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਉੱਤੇ ਖੋਖਾ ਲਗਾ ਕੇ ਅਵੈਧ ਕਬਜ਼ਾ ਕੀਤਾ। ਤਾਂ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਦਾ ਬੋਰਡ ਵੀ ਲਗਾ ਦਿੱਤਾ ਗਿਆ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ। ਤਾਂ DSP ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਾਬਕਾ ਸਰਪੰਚ ਮਨਦੀਪ ਕੁਮਾਰ ਨੇ ਉਹਨਾਂ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਤੁਰੰਤ ਪਹੁੰਚ ਕੇ ਨਾਜਾਇਜ਼ ਕਬਜ਼ਾ ਛੁਡਵਾਉਂਦੇ ਹੋਏ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ। ਤਾਂ BDPO ਨੇ ਵੀ ਇਸ ਜਗ੍ਹਾ ਦੀ ਤਸਦੀਕ ਕੀਤੀ ਹੈ ਕਿ ਇਹ ਜ਼ਮੀਨ ਪੰਚਾਇਤ ਦੀ ਹੈ, ਤਾਂ ਇਸ 'ਤੇ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਕਰ ਸਕਦਾ। ਤਾਂ ਕੇਸ ਦੇ ਵਿੱਚ ਗੁਲਜ਼ਾਰੀ ਲਾਲ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਸਾਥੀ ਫਰਾਰ ਦੱਸੇ ਜਾ ਰਹੇ ਨੇ, ਜਿਨ੍ਹਾਂ ਦੀ ਪੁਲਿਸ ਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪਿੰਡ ਸਲੌਦੀ ਦੀ ਹੱਡਾ ਰੋੜੀ ਦਾ ਇਸ਼ੂ ਇਹ ਹੈ ਕਿ ਇੱਕ ਗੁਲਜ਼ਾਰੀ ਲਾਲ, ਇੱਕ ਕਪੂਰ ਸਿੰਘ ਅਤੇ ਤੇਜਾ ਸਿੰਘ ਨਾਲ ਤਿੰਨ ਚਾਰ ਬੰਦੇ ਹੋਰ ਨੇ ਪਰਸੋਂ ਉੱਥੇ ਹੱਡਾ ਰੋੜੀ ਥਾਂ 'ਤੇ ਕਬਜ਼ਾ ਕਰ ਲਿਆ ਸੀ ਅਤੇ ਖੋਖਾ ਰੱਖ ਲਿਆ ਸੀ, ਇੱਕ 'ਤੇ ਗੁਰਦੁਆਰਾ ਸਾਹਿਬ ਦਾ ਬੋਰਡ ਲਾਤਾ ਸੀਗਾ, ਜਿਸ ਦੇ ਸੰਬੰਧ ਵਿੱਚ FI ਨੰਬਰ 62 447 511 542 149 ਥਾਣੇ ਸਦਰ ਵਿਖੇ ਇਹਨਾਂ ਦੇ ਖਿਲਾਫ਼ ਦਰਜ ਕੀਤੀ ਆ। ਅਤੇ ਮਨਦੀਪ ਸਿੰਘ ਸਰਪੰਚ ਨੇ ਸਾਨੂੰ ਲਿਖ ਕੇ ਦਿੱਤਾ ਕਿ ਇਹਨਾਂ ਨੇ ਉੱਥੇ ਹੱਡਾ ਰੋੜੀ ਵਾਲੀ ਥਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਹਨਾਂ ਦੇ ਖਿਲਾਫ਼ ਕੇਸ ਰਜਿਸਟਰ ਕਰ ਲਿਆ, ਫਿਰ ਅਸੀਂ ਇਹਦੀ ਰਿਪੋਰਟ ਆਪਣੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਤੋਂ ਵੀ ਲਿੱਤੀ ਆ, ਉਹਨਾਂ ਵੀ ਸਾਨੂੰ ਲਿਖ ਕੇ ਦਿੱਤਾ ਵੀ ਇਹ ਹੱਡਾ ਰੋੜੀ ਦੀ ਜਗ੍ਹਾ ਹੈਗੀ ਆ, ਇਹਨਾਂ ਨੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਨਹੀਂ, ਉਹ ਭੱਜੇ ਹੋਏ ਨੇ ਸਾਰੇ, ਇਹਨਾਂ ਨੂੰ ਜਲਦੀ ਅਰੈਸਟ ਕਰ ਲਾਂਗੇ। ਪੰਚਾਇਤੀ ਜ਼ਮੀਨ ਤੇ ਲਗਾਇਆ ਗੁਰਦੁਆਰਾ ਸਾਹਿਬ ਦਾ ਬੋਰਡ, ਰਿਟਾਇਰਡ ਸਬ ਇੰਸਪੈਕਟਰ ਨੇ ਕੀਤਾ ਨਾਜਾਇਜ਼ ਕਬਜ਼ਾ। ਪੁਲਿਸ ਨੇ ਕਬਜ਼ੇ ਤੋਂ ਛੁਡਵਾਈ ਹੱਡਾ ਰੋੜੀ ਵਾਲੀ ਜ਼ਮੀਨ। ਤਾਂ ਦੱਸ ਦੇ ਕਿ ਗੁਰਦੁਆਰਾ ਸਾਹਿਬ ਦੇ ਨਾਂ ਤੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ, ਜਿੱਥੇ ਪਿੰਡ ਦੇ ਹੀ ਇੱਕ ਰਿਟਾਇਰਡ ਸਬ ਇੰਸਪੈਕਟਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਹੱਡਾ ਰੋੜੀ ਵਾਲੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਸਾਬਕਾ ਸਰਪੰਚ ਨੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਵਾਉਂਦੇ ਹੋਏ ਰਿਟਾਇਰਡ ਸਬ ਇੰਸਪੈਕਟਰ ਗੁਲਜ਼ਾਰੀ ਲਾਲ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਇਸ ਦੇ ਸਾਥੀ ਫਰਾਰ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਮਾਮਲਾ ਖੰਨਾ ਦੇ ਪਿੰਡ ਸਲੌਂਦੀ ਦਾ, ਜਿੱਥੇ ਇਹ ਜ਼ਮੀਨ ਕਰੋੜਾਂ ਦੀ ਦੱਸੀ ਜਾ ਰਹੀ ਹੈ, ਕਿਉਂਕਿ ਇਸ ਜਗ੍ਹਾ ਦੇ ਇੱਕ ਪਾਸੇ ਤਾਂ ਉੱਤਰ ਭਾਰਤ ਦਾ ਪ੍ਰਸਿੱਧ ਖਾਟੂ ਸ਼ਾਮ ਮੰਦਿਰ ਹੈ, ਜਦਕਿ ਦੂਸਰੇ ਪਾਸੇ ਇੱਕ ਮਸ਼ਹੂਰ ਸਕੂਲ ਹੈ। ਕਿਹਾ ਜਾਂਦਾ ਹੈ ਕਿ ਰਿਟਾਇਰਡ ਸਬ ਇੰਸਪੈਕਟਰ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਰੋੜਾਂ ਰੁਪਏ ਦੀ ਕੀਮਤ ਨਾਲ ਇਸ ਜਗ੍ਹਾ ਤੇ ਪੱਕੇ ਤਰੀਕੇ ਦੇ ਨਾਲ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਗੁਰਦੁਆਰਾ ਸਾਹਿਬ ਦੀ ਆੜ ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ,
ਪਰ ਉਹ ਇਸ ਦੇ ਵਿੱਚ ਕਾਮਯਾਬ ਨਹੀਂ ਹੋ ਪਾਇਆ। ਸਾਬਕਾ ਸਰਪੰਚ ਮਨਦੀਪ ਕੁਮਾਰ ਦੇ ਅਨੁਸਾਰ ਕਾਫੀ ਸਮੇਂ ਤੋਂ ਗੁਲਜ਼ਾਰੀ ਲਾਲ ਆਪਣੀ ਪੁਲਿਸ ਦੇ ਵਿੱਚ ਪਹੁੰਚ ਹੋਣ ਦਾ ਰੋਬ ਦਿਖਾਉਂਦਾ ਸੀ ਤੇ ਹਮੇਸ਼ਾ ਡਰਾਉਂਦਾ ਰਹਿੰਦਾ ਸੀ। ਤਾਂ ਰਿਟਾਇਰਮੈਂਟ ਤੋਂ ਬਾਅਦ ਗੁਲਜ਼ਾਰੀ ਲਾਲ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਉੱਤੇ ਖੋਖਾ ਲਗਾ ਕੇ ਅਵੈਧ ਕਬਜ਼ਾ ਕੀਤਾ। ਤਾਂ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਦਾ ਬੋਰਡ ਵੀ ਲਗਾ ਦਿੱਤਾ ਗਿਆ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ। ਤਾਂ DSP ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਾਬਕਾ ਸਰਪੰਚ ਮਨਦੀਪ ਕੁਮਾਰ ਨੇ ਉਹਨਾਂ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਤੁਰੰਤ ਪਹੁੰਚ ਕੇ ਨਾਜਾਇਜ਼ ਕਬਜ਼ਾ ਛੁਡਵਾਉਂਦੇ ਹੋਏ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ। ਤਾਂ BDPO ਨੇ ਵੀ ਇਸ ਜਗ੍ਹਾ ਦੀ ਤਸਦੀਕ ਕੀਤੀ ਹੈ ਕਿ ਇਹ ਜ਼ਮੀਨ ਪੰਚਾਇਤ ਦੀ ਹੈ, ਤਾਂ ਇਸ 'ਤੇ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਕਰ ਸਕਦਾ। ਤਾਂ ਕੇਸ ਦੇ ਵਿੱਚ ਗੁਲਜ਼ਾਰੀ ਲਾਲ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਸਾਥੀ ਫਰਾਰ ਦੱਸੇ ਜਾ ਰਹੇ ਨੇ, ਜਿਨ੍ਹਾਂ ਦੀ ਪੁਲਿਸ ਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪਿੰਡ ਸਲੌਦੀ ਦੀ ਹਟਾ ਰੋਲੀ ਦਾ ਇਸ਼ੂ ਇਹ ਹੈ ਕਿ ਇੱਕ ਗੁਲਜ਼ਾਰੀ ਲਾਲ, ਇੱਕ ਕਪੂਰ ਸਿੰਘ ਅਤੇ ਤੇਜਾ ਸਿੰਘ ਨਾਲ 3-4 ਬੰਦੇ ਹੋਰ ਨੇ ਪਰਸੋਂ ਉੱਥੇ ਹੱਡਾ ਰੋਡੀ ਥਾਂ 'ਤੇ ਕਬਜ਼ਾ ਕਰ ਲਿਆ ਸੀ ਅਤੇ ਖੋਖਾ ਰੱਖ ਲਿਆ ਸੀ, ਇੱਕ 'ਤੇ ਗੁਰਦੁਆਰਾ ਸਾਹਿਬ ਦਾ ਬੋਰਡ ਲਾਤਾ ਸੀਗਾ, ਜਿਸ ਦੇ ਸੰਬੰਧ ਵਿੱਚ FI ਨੰਬਰ 62 447 511 542 6 ਥਾਣੇ ਸਦਰ ਵਿਖੇ ਇਹਨਾਂ ਦੇ ਖਿਲਾਫ਼ ਦਰਜ ਕੀਤੀ ਆ। ਅਤੇ ਮਨਦੀਪ ਸਿੰਘ ਸਰਪੰਚ ਨੇ ਸਾਨੂੰ ਲਿਖ ਕੇ ਦਿੱਤਾ ਕਿ ਇਹਨਾਂ ਨੇ ਉੱਥੇ ਹੱਡਾ ਰੋਡੀ ਵਾਲੀ ਥਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਹਨਾਂ ਦੇ ਖਿਲਾਫ਼ ਕੇਸ ਰਜਿਸਟਰ ਕਰ ਲਿਆ, ਫਿਰ ਅਸੀਂ ਇਹਦੀ ਰਿਪੋਰਟ ਆਪਣੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਤੋਂ ਵੀ ਲਿੱਤੀ ਆ। ਉਹਨੇ ਵੀ ਸਾਨੂੰ ਲਿਖ ਕੇ ਦਿੱਤਾ ਵੀ ਇਹ ਹੱਡਾ ਰੋਡੀ ਦੀ ਜਗ੍ਹਾ ਹੈਗੀ ਆ, ਇਹਨਾਂ ਨੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਕਿਸੇ ਦੀ ਅਰੈਸਟ ਨਹੀਂ, ਉਹ ਭੱਜੇ ਹੋਏ ਨੇ ਸਾਰੇ, ਇਹਨਾਂ ਨੂੰ ਜਲਦੀ ਅਰੈਸਟ ਕਰ ਲਾਂਗੇ।